ਸਲਾਮ ਅਲੈਕਮ ਦੋਸਤੋ ਕਿ ਆਨੇ ਤਬੀਤਾ ਸੇ ਤਾ ਠੀਕ ਨੇ ਉਮੀਦ ਕਰਦਾ ਸਾਰੇ ਖੈਰ ਜੇ ਤਰ੍ਹਾਂ ਹੋਣਗੇ ਤੇ ਮੇਰਾ ਨਾਮ ਤੁਸੀ ਜਾਣਦੇ ਹੀ ਹੋ ਮਸੀਮ ਪੱਟੀ ਸਾਹਿਬ ਤੇ ਔਰ ਸਭ ਠੀਕ ਨੇ ਤੇ ਅੱਜ ਦੋਸਤੋ ਮੈਂ ਜ਼ਰਾ ਵਿਜ਼ਿਟ ਕਰ ਰਿਹਾ ਸੀ ਖੇਤਾਂ ਦਾ ਤੇ ਮੈਨੂੰ ਮੇਰੇ ਘਰ ਆਇਆ ਟਾਈਮ ਨਾਲ ਠਾਕੇ ਮੈਂ ਤੋਰਦਾ ਮੇਰੀ ਨੀਵੀਂ ਵੀ ਪੂਰੀ ਨਹੀਂ ਹੋਈ ਕਹਿੰਦੇ ਜੇ ਦੁੱਧ ਲੈ ਕੇ ਸੁੱਤਾ ਰਹਿਣਾ ਸਾਈ ਦਾੜੀ ਹੁਣ ਮੈਂ ਦੁੱਧ ਲੈਣ ਚੱਲਾਂ ਦੇਖੋ ਸਬੂਤ ਜਮਗਾ ਆ ਦੇਖੋ ਖੇਤਾ ਜੱਲਾ ਉਹ ਪੈਣੀਆਂ ਤੇ ਜਾਣਾ ਤੁਹਾਨੂੰ ਪੈਣੀਆਂ ਦਿਖਾਉਣਾ ਮੈਂ ਕਿ ਚਲੋ ਫਿਰ ਤੁਹਾਨੂੰ ਵੀ ਕਣਕ ਦਿਖਾਉਂਦੇ ਜਾਈਏ ਵੀ ਕੈਸੀ ਖੇਤ ਦਾ ਮੋਹ ਹੈ ਸੋਬਾ ਸੋਬਾ ਬੱਦਲ ਹੋਏ ਨੇ ਕਾਫੀ ਆ ਤੁਹਾਨੂੰ ਦਿਖਾਉਨੇ ਹਾਂ ਜੀ ਤੇ ਦੋਸਤੋ ਦੇਖੋ ਕਿੰਨੀਆਂ ਪਿਆਰੀਆਂ ਕਣਕਾਂ ਹੋਈਆਂ ਅੱਲਾ ਖਾਣੀਆਂ ਨਸੀਬ ਕਰੇ ਤੇ ਇਸ ਟਾਈਮ ਬੱਦਲ ਕਾਫੀ ਹੋਏ ਨੇ ਤੇ ਰਾਤ ਨੂੰ ਤਾਂ ਨੀਂਦ ਨਹੀਂ ਆਂਦੀ ਮੱਛਰ ਖੰਦਾ ਹੈ ਸਵੇਰ ਬੁਰਾ ਨੀਂਦਾ ਸੀ ਤੇ ਘਰ ਵਾਲ ਨੇ ਠਾ ਕੇ ਇਧਰ ਤੋਰਤਾ ਹੈ ਦੇਖੋ ਮਾਸ਼ਰਲਾ ਸਾਰੀਆਂ ਸੋਹਣੀਆਂ ਮਹੀਨੇ ਤੱਕ ਸਾਰੇ ਵੱਡ ਬੁੱਡ ਲੈਣਗੇ ਮੈਂ ਪਿੰਡ ਤੋਂ ਦੂਰ ਆ ਗਿਆ ਉਹ ਪੈਣੀਆਂ ਤੇ ਜਾਣਾ ਮੈਂ ਬਾਕੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ 몰ਦਾ ਦੁੱਧ ਕਿੰਨਾ ਔਖਾ ਇੱਕ ਤਾਂ ਲੈ ਕੇ ਆਉਣਾ ਉਤੋਂ ਪੈਸੇ ਵੀ ਦੇਣੇ ਸਵੇਰ ਸਵੇਰ ਉੱਠਣਾ ਹੀ ਠੀਕ ਨਹੀਂ ਲੱਗਦਾ ਮੈਨੂੰ ਤੇ ਟੜਕੜ ਬੰਦੇ ਨੂੰ 9 10 ਵਜੇ ਤੱਕ ਉੱਠਣਾ ਚਾਹੀਦਾ ਤੇ ਐਨ ਦਿਸ ਇਜ਼ ਮੀ ਰੋਜਾ ਵੀ ਸੀ ਤੇ ਸਵੇਰ ਸਵੇਰ ਮੈਂ ਕਿਹਾ ਚਲੋ ਨਾਲੇ ਵਾਕਾ ਜੂ ਇਹਨਾਂ ਦੇ ਵਰਦਸ਼ ਹੋ ਜੂਗੀ ਆਈ ਏਮ ਦਾ ਗੁੱਡ ਬாய் ਤੇ ਮੈਂ ਕਿਹਾ ਥੋੜਾ ਜਿਹਾ ਹੈਂਡਸਮ ਹੋ ਜੂਗਾ ਨਾਲੇ ਅੱਗੇ ਮੋਟਾ ਹੁੰਦੇ ਆ ਨਾ ਪਤਲਾ ਆ ਜੂਗਾ ਤੇ ਇਸ ਵਾਸਤੇ ਮੈਂ ਸਵੇਰੇ ਸਵੇਰੇ ਵਰਦਸ਼ ਕਰਨ ਨੂੰ ਆ ਗਿਆ ਸਿੱਧੀ ਗੱਲ ਇਹ ਆ ਕਿ ਮੈਨੂੰ ਕਰੇ ਸੌਣ ਨਹੀਂ ਦਿੱਤਾ ਇਹਨਾਂ ਨੇ ਥੱਲੇ ਵੀ ਮੇਰੀ ਅੱਕਾ ਥੱਲੇ ਨਹੀਂ ਦੇ ਲੜਕੀ ਆਂਦੀ ਐ ਦਿਲ ਕਰਦਾ ਇੱਥੇ ਮੰਜਾ ਡਾਲਾਂ ਪਰ ਮੰਜਾ ਹੈ ਨਹੀਂ ਇੱਥੇ ਸੁੱਤਾ ਮੈਨੂੰ ਕੋਈ ਕੁੱਤਾ ਬਿੱਲਾ ਖਾ ਜੂਗਾ ਫਿਰ ਘਰੇ ਨਹੀਂ ਜਾਊਂਗਾ ਫਿਰ ਮੈਂ ਤੇ ਬਾਕੀ ਅੱਗੇ ਤੁਹਾਨੂੰ ਦੁੱਧ ਆਣਾ ਮਨਉਂਨੇ ਆ ਵੀ ਕਿਵੇਂ ਲਾਈਫ ਆ ਉਹਨਾਂ ਦੀ ਆਜੋ ਮਾਸ਼ੱਲਾ ਕਣਕ ਦਾ ਕੱਦ ਦੇਖੋ ਠੀਕ ਹੈ ਮਾਸ਼ੱਲਾ ਬਹੁਤ ਅੱਛਾ ਹੋਇਆ ਸਿੱਟਾ ਵੀ ਠੀਕ ਹੈ ਤੇ ਕੱਦ ਵੀ ਮਾਸ਼ਾਅੱਲਾ ਬਹੁਤ ਜ਼ਬਰਦਸਤ ਹੈ ਇਹ ਤਾਂ ਡਿੱਗ ਪਈ ਹੈ ਇਹ ਤਾਂ ਹੱਥ ਤੇ ਵਿਲੀ ਚੁਗੀ ਹੈ ਰੱਪਰ ਉੱਪਰ ਤੇ ਘਾਟੀ ਵਿਲੀ ਚੁਗੀ ਤੇ ਅੱਗੇ ਤੁਹਾਨੂੰ ਦਿਖਾਉਂਦੇ ਆ ਬਾਗ ਇਹ ਦੇਖੋ ਬੰਨੇ ਦੇ ਉੱਤੇ ਕਣਕ ਪਈ ਹੈ ਨੰਗਿਆ ਜਾਂਦਾ ਨਹੀਂ ਹਮ نیچے ਸੇ ਕ੍ਰਾਸ ਕਰੀਏ نیچے ਸੇ ਇਹ ਤਾਂ نیچے ਸੇ ਬੈਕ ਹੋ ਕੇ ਫਿਰ ਦਿਸ ਇਜ਼ ਅ ਗੋ ਵੇ ਉਹ ਦ ਫਰੰਟ ਆਫ ਦਾ ਉਪਰ ਤੇ ਆ ਵਾਰ ਆਇਆ ਇਹ ਵੀ ਹੁਣ ਪੱਕਿਆ ਖੜਾ ਹੈ ਤੇ ਵੱਢ ਲੈਣ ਤੇ ਆ ਹੋਰ ਆਇਆ ਜਿਹੜਾ ਸਰੋ ਦਾ ਤੇਲ ਆਪਾਂ ਸਿਰ ਤੇ ਇਹਦਾ ਬੰਦ ਹੈ ਪਿੰਡਾਂ ਨੂੰ ਤਾਂ ਪਤਾ ਨਹੀਂ ਪਿੰਡਾਂ ਨੂੰ ਤਾਂ ਪਤਾ ਪਰ ਜਿਹੜੇ ਦੋਸਤੋ ਆ ਜਿਹੜਾ ਮੇਰੇ ਪਿੱਛੇ ਖੜਾ ਦਿਸ ਇਜ਼ ਮਾਈ ਵਿਲੇਜ ਆਫ ਦਾ ਫਰੂਟਰ ਬਾਗ ਤੇ ਇੱਥੇ ਵੱਡੇ ਵੱਡੇ ਫਰੂਟਰ ਲੱਗਦੇ ਆ ਵੱਡੇ ਵੱਡੇ ਤੇ ਇਹ ਫਲਟਰ ਬਾਗ ਹੈ ਥਿਸ ਇਜ਼ ਵਿਲੇਜ ਆਫ ਦਾ ਫਲਟਰ ਬਾਗ ਮਤਲਬ ਸਾਡੇ ਪਿੰਡ ਦਾ ਬਾਗ ਹੈ ਉਹ ਥਿਸ ਇਜ਼ ਦਾ ਤੇ ਜਿਹੜਾ ਉਹ ਉਧਰ ਪਿੱਛੇ ਆ ਉਹ ਸਾਹਮਣੇ ਵੱਡਾ ਬਾਗ ਉਹ ਥਿਸ ਇਜ਼ ਦਾ ਅੰਬਾ ਬਾਗ ਉਹ ਮਤਲਬ ਅੰਬਾ ਦਾ ਬਾਗ ਹੈ ਫਿਰ ਉਸ ਤੋਂ ਬਾਅਦ ਫਿਰ ਥਿਸ ਇਜ਼ ਦਾ ਮਸਮੀ ਬਾਗ ਫਿਰ ਉਹ ਮਸਮੀਆਂ ਦਾ ਬਾਗ ਹੈ ਬਹੁਤ ਬਾਗ ਨੇ ਇੱਥੇ ਮੈਂ ਕਹਿੰਦਾ ਸਾਰੇ ਬਾਗ ਇੱਥੇ ਆ ਗਏ ਉਹ ਡੁੱਡ ਕੇ ਛੰਨ ਦਾ ਫਰੀ ਫਿਲਹਾਲ ਫਰੀ ਜਾਈ ਖੜੇ ਜਿੱਦੋਂ ਦੇ ਇੱਥੇ ਪਿੱਛੇ ਸਾਰ ਖਰਬੂਜੇ ਲੱਗੇ ਸੀ ਅ 6 ਮਹੀਨੇ ਪਹਿਲਾਂ ਹਣ ਕਰਨ ਗੀਜੀ ਪੀਆ ਖਰਬੂਜਾ ਬਾਗ ਵੀ ਹੁੰਦਾ ਇੱਥੇ ਠੀਕ ਹੈ ਆਏ ਹੁਣ ਅੱਗੇ ਮਿਲਦੇ ਹਾਂ ਹੁਣ ਪੈਣੀ ਤੇ ਜਾਦੇ ਦੋਸਤੋ ਐ ਦਿਸ ਇਜ਼ ਦਾ ਮਿਲਕ ਵਾਲਾ ਬਾਗ ਇੱਥੋਂ ਮੈਂ ਦੁੱਧ ਲੈਣ ਆਇਆ ਪਿੱਛੇ ਘਰ ਖੜੇ ਇੱਥੇ ਮੱਝਾਂ ਹੁੰਦੀਆਂ ਨੇ ਵਾਵਾ ਸਾਰੀਆਂ ਤੇ ਆ ਚਾਚਾ ਮੱਝਾਂ ਲੈ ਸੀ ਇਹਨਾਂ ਕੋਲ ਦੁੱਧ ਲੈਣੇ ਮੈਂ ਜ਼ਰਾ ਉਹਨਾਂ ਦੇ ਨਾਲ ਗੱਲਬਾਤ ਕਰ ਲਾਂ ਮੈਂ ਸ਼ਾਮ ਨੂੰ ਦੁੱਧ ਲੁਆਣਾ ਹੈ ਅੱਗੇ ਇੱਕ ਟਾਈਮ ਰਹਿੰਦੇ ਸੀ ਓਨਲੀ ਫਸਟ ਟਾਈਮ ਐਨਲੀ ਟੂ ਟਾਈਮ ਤੇ ਫਿਰ ਮੈਂ ਜਾਂਦਾ ਮਿਲਾਂ ਕੇ ਇਹ ਦੋਸਤੋ ਮੈਂ ਦੁੱਧ ਲੈ ਕੇ ਹੁਣ ਚੱਲਾ ਵਾਪਸ ਗੱਲਾਂ ਗੱਲਾਂ ਚਾਚੇ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਵੀਡੀਓ ਬਣਾਉਣੀ ਸੀਗੀ ਤੇ ਕਾਫਸ਼ਾ ਬੁਲਾਉਂਦੇ ਆ ਪਤਾ ਹੀ ਨਹੀਂ ਲੱਗਿਆ ਕਿਦੋਂ ਮੈਂ ਆਪਦੇ ਘਰ ਮੂਰੇ ਆ ਗਿਆ ਤੇ ਆ ਲੈ ਆਇਆ ਮੈਂ ਚਾਚਾ ਵੀ ਮੇਰੇ ਨਾਲ ਹੀ ਗੱਲਾਂ ਮਾਰਦਾ ਆ ਗਿਆ ਕਹਿੰਦਾ ਕਿ ਚੱਲ ਮੈਂ ਵੀ ਇੱਧਰ ਦੀ ਜਾਣਾ ਐ ਨਹੀਂ ਹੁਣ ਕੰਮ ਤੇ ਜਾਣਾ ਸੀਗਾ ਪੱਠੇ ਪੱਠੇ ਵੱਡਣ ਧੰਨਵਾਦ ਦਾ ਕਰਨ ਤੇ ਮੈਂ ਕਿਹਾ ਚਲੋ ਆਜੋ ਮੇਰੇ ਨਾਲ ਹੀ ਆਜੋ ਇੱਥੇ ਸਾਡੀਆਂ ਹੁਣ ਉਦਾ ਰਾ ਵਖੋਰੇ ਨੇ ਇਹ ਵੇਖੀ ਗਣੇ ਨਾ ਹਾਂਜੀ ਜੀ ਦੋਸਤੋ ਸਾਡਾ ਹੁਣ ਵੀ ਲੋਗ ਮੁਕਦਾ ਇੱਥੇ ਹੀ ਤੇ ਦਵਾਵਾਂ ਚ ਰੱਖਿਆ ਜੀ ਯਾਦ ਤੇ ਚੱਕ ਦਿਓ ਮੇਰੇ ਚੈਨਲ ਨੂੰ ਜੇ ਚਕੀਂਦਾ ਤਾਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇਹ ਅੱਲਾ ਫਿਰ ਦੋਦਰਾ